ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿਆਣਿਆਂ ਕਦੇ ਝੂਠ ਨਹੀਂ ਕਿਹਾ, ਭਾਵੀ ਮਾਰਦੀ ਨਾ ਆਪ ਜਗਾ ਕੇ, ਪੁੱਛ ਕੇ ਨਹੀਂ ਪੈਂਦੇ ਮਾਮਲੇ, ਸੁਣ ਕੇ ਅਤੇ ਪੜ੍ਹ ਕੇ ਪਤਾ ਲੱਗਦਾ ਹੈ। ਜਿਨ੍ਹਾਂ ਉੱਤੇ ਭਾਵੀ ਦਾ ਚੱਕਰ ਪੈ ਜਾਵੇ, ਤਖਤਾਂ ਦੇ ਮਾਲਕ ਕੱਲ ਦੇ ਹੁਕਮਰਾਨ ਮੰਗ ਤੇ ਬਣ ਜਾਂਦੇ ਨੇ। ਕਿਸੇ ਸ਼ਹਿਰ ਨੇ ਦੋ ਲਾਈਨਾਂ ਲਿਖੀਆਂ, ਇਹ ਦੁਨੀਆ ਇੱਕ ਅਖਾੜਾ ਹੈ ਤੇ ਖਲਕ ਤੇ ਤਮਾਸ਼ਾਈ। ਮੈਂ ਜੀਵਨ ਖੇਡ ਵਿੱਚ ਰੁਲਦੇ ਬੜੇ ਬੁੱਧਵਾਨ ਵੇਖੇ ਨੇ, ਤਖਤ ਤੇ ਬੈਠਿਆਂ ਵੇਖਿਆ ਹੈ ਬੇਘਰ ਗੁਲਾਮਾਂ ਨੂੰ, ਤੇ ਮੰਗਦੇ ਭੀਖ ਗਲੀਆਂ ਚ ਕਈ ਸੁਲਤਾਨ ਵੇਖੇ ਨੇ। ਜਿੰਨਾ ਮਹਿਲਾਂ ਚ ਕੱਲ ਕੀਕਰ ਹੁੰਦਾ ਸੀ ਨਾਚ ਪਰੀਆਂ ਦਾ, ਮੈਂ ਪੈਂਦੇ ਕੀਰ ਨੇ ਅੱਜ ਉਹ ਬਣੇ ਸ਼ਮਸ਼ਾਨ ਵੇਖੇ ਨੇ। ਜਿੰਨਾ ਗਲ ਹੀਰਿਆਂ ਦੇ ਹਾਰ ਤੇ ਰੇਸ਼ਮ ਹੰਡਾਉਂਦੇ ਸੀ, ਉਹ ਬੇ ਟੁਕੜਿਆਂ ਨੂੰ ਤਰਸਦੇ ਇਨਸਾਨ ਵੇਖੇ ਨੇ। ਚਲਾਉਂਦੇ ਵੇਖਿਆ ਹੈ ਛੁਰੀਆਂ ਕਈ ਸਾਧਾਂ ਤੇ ਸੰਤਾਂ ਨੂੰ, ਤੇ ਮੰਦਰਾਂ ਦੇ ਪੁਜਾਰੀ ਵੇਚਦੇ ਇਮਾਨ ਵੇਖੇ ਨੇ। ਗਲੇ ਮਿਲਦੇ ਮੁਹੱਬਤ ਨਾਲ ਮੈਂ ਵੇਖੇ ਨੇ ਦੁਸ਼ਮਣ ਵੀ, ਤੇ ਮਿੱਤਰਾਂ ਦੇ ਵਿੱਚ ਹੁੰਦੇ ਲਹੂ ਦੇ ਕਮਸਾਨ ਵੇਖੇ ਨੇ। ਇਸ ਨਾ ਮਿਟਣ ਵਾਲੀ ਭਾਵੀ ਬਾਰੇ ਢਾਡੀ ਜਥਾ ਇਉਂ ਬਿਆਨ ਕਰਦਾ ਹੈ।
ਹੋਵੇ, ਬੀਜੀ ਕਣਕ ਤੇ ਉਗ ਕੁਹਾਟ ਪੈਂਦਾ, ਭਾਵੇਂ ਖਾਸ ਹੀ ਨਿਆਈ ਦੀ ਵੰਡ ਹੋਵੇ, ਝੂਠੇ ਹੋ ਕੇ ਵਿੱਚ ਬਾਜ਼ਾਰ ਵਿਕਦੇ ਤੇ ਭਾਵੇਂ ਮਗਰ ਦਲਾਲਾਂ ਦੀ ਡੰਡ ਹੋਵੇ, ਭਾਈਆਂ ਵਾਜ ਮੁਹੰਮਦਾ ਕੰਡ ਨੰਗੀ ਤੇ ਭਾਵੇਂ ਮਗਰ ਸਰੀਕੇ ਦੀ ਕੰਧ ਹੋਵੇ। ਅੱਜ ਮੈਂ ਇਤਿਹਾਸ ਦੇ ਵਿੱਚ ਸਿੰਘਾਂ ਦੀ ਉਸ ਦੁੱਖ ਦੀ ਨਬਜ ਤੇ ਹੱਥ ਰੱਖਣ ਲੱਗਿਆ ਜੋ ਆਪਣਿਆਂ ਦੀ ਗਦਾਰੀ ਕਾਰਨ ਨਾ ਰਾਜ ਰਿਹਾ, ਨਾ ਤਖਤ, ਨਾ ਤਾਜ ਰਿਹਾ ਤੇ ਨਾ ਪੰਜਾਬ। ਸ਼ਾਇਦ ਅੱਜ ਦੇ ਭੁੱਲੜ ਇਤਿਹਾਸ ਕਲੰਕ ਤੋਂ ਹੋਣ ਤੋਂ ਬਚਾ ਲੈਣ। ਪੰਜਾਬ ਦੀ ਮਲਕਾ ਨਾਂ ਦੀ ਰੀਲ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਮਹਾਰਾਣੀ ਜਿੰਦ ਕੌਰਾਂ ਚਨਾਰ ਵਿੱਚੋਂ ਨਿਕਲ ਕੇ ਡਿੱਗਦੀ ਢਹਿੰਦੀ ਨੇਪਾਲ ਪਹੁੰਚ ਗਈ। ਰਾਣੇ ਜੰਗ ਬਹਾਦਰ ਦੇ ਦਰਬਾਰ ਵਿੱਚ ਮਹਾਰਾਣੀ ਨੇ ਕਿਹਾ, ਰਾਜਾ ਮੈਂ ਕੋਈ ਮੰਗਦੀ ਨੀ, ਮੈਂ ਉਸ ਸ਼ੇਰੇ ਪੰਜਾਬ ਦੀ ਰਾਣੀ ਹੈ ਜਿਸ ਦੀਆਂ ਧਾਕਾਂ ਸਾਰੀ ਦੁਨੀਆਂ ਤੇ ਪਈਆਂ ਹੋਈਆਂ ਸੀ, ਜਿਸ ਦੇ ਦਰ ਤੇ ਵੱਡੇ ਵੱਡੇ ਬਾਦਸ਼ਾਹਾਂ ਦੇ ਰਾਜਦੂਤ ਜਰਾਨੇ ਵਾਸਤੇ ਬੇਨਤੀ ਕਰਨ ਲਈ ਖੜੇ ਰਹਿੰਦੇ ਸੀ। ਕੋਹੇ ਨੂਰ ਦੀ ਮਾਲਕ, ਪੰਜਾਬ ਦੀ ਮਲਕਾ, ਰਾਜੇ ਦਲੀਪ ਸਿੰਘ ਦੀ ਮਾਂ, ਮੰਨਾ ਸਿੰਘ ਸਰਦਾਰ ਦੀ ਧੀ, ਸ਼ੇਰ
ਉਗਾ ਅਲਵੇਲਾ ਲਈ ਫਿਰੂ ਕੈਲ ਜੇ ਤੇ ਲਈ ਫਿਰੂ ਕੈਲ ਜੇ ਤੇ ਮੇਰੇ ਦੁੱਖ ਦੀ ਦਰਦ ਕਹਾਣੀ ਮਾਰੀ ਵੀ ਬਖਤਾਂ ਦੀ ਮਰਨਜੀਤ ਸਿੰਘ ਦੀ ਰਾਣੀ ਮਾਰੀ ਵੀ ਬਖਤਾਂ ਦੀ ਮਰਨਜੀਤ ਸਿੰਘ ਦੀ ਰਾਣੀ ਰਾਣੇ ਜੰਗ ਬਹਾਦਰ ਨੇ ਮਹਾਰਾਣੀ ਦਾ ਉੱਠ ਕੇ ਸਤਿਕਾਰ ਕੀਤਾ ਇੱਕ ਮਹਿਲ ਵੱਖਰਾ ਬਣਾ ਦਿੱਤਾ 12 ਸਾਲ ਮਹਾਰਾਣੀ ਨੇ ਨੇਪਾਲ ਵਿੱਚ ਗੁਜ਼ਾਰ ਦਿੱਤੇ ਪਰ ਖੁਦ ਤਖਤਾਂ ਦੇ ਮਾਲਕਾਂ ਨੂੰ ਕਿਸੇ ਦੇ ਸਹਾਰੇ ਜ਼ਿੰਦਗੀ ਕੱਟਣੀ ਬੜੀ ਔਖੀ ਹੁੰਦੀ ਹੈ ਅਮਲੀ ਤੌਰ ਤੇ ਮਹਾਰਾਣੀ ਜਿੰਦਾ ਹੈ ਤੇ ਕੈਦਣ ਸੀ ਆਖਿਰ ਦਲੀਪ ਸਿੰਘ ਜਨਵਰੀ 1861 ਈਸਵੀ ਨੂੰ ਕਲਕੱਤੇ ਪੁੱਜਿਆ ਤੇ ਆਪਣੀ ਮਾਤਾ ਨੂੰ ਲੈਣ ਦੀ ਖਾਤਰ ਬੰਦੇ ਭੇਜ ਦਿੱਤੇ ਰਾਣੀ ਜੰਗ ਬਹਾਦਰ ਨੇ ਕਿਹਾ ਰਾਣੀ ਜੇ ਤੂੰ ਨੇਪਾਲ ਚੋਂ ਗਈ ਤੇ ਮੁੜ ਕੇ ਸਹਾਰਾ ਨਹੀਂ ਮਿਲਣਾ ਪਰ ਮਹਾਰਾਣੀ ਜਿਸਦੇ ਪੁੱਤਰ ਦੀ ਯਾਦ ਵਿੱਚ ਰੋ ਰੋ ਕੇ ਮਸਾਲਾਂ ਵਾਂਗੂ ਜਗਦੇ ਨੈਣ ਗਰੀਬ ਦੇ ਦੀਵੇ ਵਾਂਗੂ ਸਦਾ ਲਈ ਬੁੱਝ ਚੁੱਕੇ ਸਨ ਪੁੱਤਰ ਨੂੰ ਮਿਲਣ ਦੀ ਤਾਂ ਇੰਨੀ ਜਾਗੀ ਭਾਵੇਂ ਦੁਨੀਆਂ ਦੇ ਸਾਰੇ ਦੋਜਕ ਕਿਉਂ ਨਾ ਸਿਰ ਪੈ ਜਾਣ ਪਰ ਪਿੱਛੇ ਨਹੀਂ ਹਟਣਾ ਜਿਵੇਂ ਭਗਵਾਨ ਰਾਮ ਚੰਦਰ ਦੀ ਮਾਤਾ ਕੁਸ਼ਲਿਆ ਆਪਣੇ ਪੁੱਤਰ ਨੂੰ 14 ਸਾਲ ਬਾਅਦ ਮਿਲੀ ਸੀ ਜਿਵੇਂ ਪੂਰਨ ਦੀ ਮਾਂ ਇੱਛਰਾਂ ਨੇ 12 ਸਾਲ ਬਾਅਦ ਪੁੱਤ ਦਾ ਮੂੰਹ ਵੇਖਿਆ ਸੀ ਐਵੇਂ ਜਿਵੇਂ ਮਹਾਰਾਣੀ ਜਿੰਦ ਕੌਰਾਂ 14 ਸਾਲਾਂ ਬਾਅਦ ਆਪਣੇ ਪੁੱਤਰ ਨੂੰ ਮਿਲਣ ਦੀ ਖਾਤਰ ਨੇਪਾਲ ਚੋਂ ਇਉਂ ਚੱਲ ਪਈ ਉਸ ਵੇਲੇ ਦੇ ਸਾਕੇ ਨੂੰ ਬਲਦੇਵ ਸਿੰਘ ਬਿੱਲੂ ਜਸਵੰਤ ਸਿੰਘ ਦੀਵਾਨਾ ਜਰਨੈਲ ਸਿੰਘ ਗਿੱਲ ਤੇ ਗੁਰਬਖਸ਼ ਸਿੰਘ ਅਲਬੇਲੇ ਦਾ ਢਾਡੀ ਜਥਾ ਇਉਂ ਬਿਆਨ ਕਰਦਾ ਹੈ ਬਦਲਾ
ਨਾ ਦੁਖੀ ਦੇ ਮਿਲਾਇਆ ਪੁੱਤ ਨੂੰ ਜੇ ਦਿਖਾਵੇ ਬੰਗਲੇ ਜਿਵੇਂ ਰੱਬਾ ਦੁਖੀ ਦੇ ਮਿਲਾਇਆ ਪੁੱਤ ਨੂੰ ਜੇ ਵਿਖਾਵੇ ਬੰਗਲੇ ਦੇਖ ਲਵਾਂ ਕਿਤੇ ਪਤੀ ਦੀ ਸਮਾਧ ਨੂੰ ਤੇ ਮਹਿਲ ਰੰਗਲੇ ਵੇਖ ਲਵਾਂ ਕਿਤੇ ਪਤੀ ਦੀ ਸਮਾਧ